ਅੱਜ ਐਤਵਾਰ ਦਾ ਲੋਕਡਾਊਨ ਸੀ ਤੇ ਮੈਂ ਵੀ ਵਿਹਲਾ ਹੋ ਕੇ ਘਰੇ ਹੀ ਬੈਠਾ ਹਾਂ। ਬਹਿ ਕੇ ਤੇ ਮੈਂ ਨਾ ਵਟਸਐਪ ਤੇ ਵੀਡੀਓ ਵੇਖਣ ਡਿਆ ਵੀ ਕਿੱਦਾਂ ਮੁਲਾਜ਼ਮ ਕੁੱਟਣ ਡਿਆ ਲੋਕਾਂ ਨੂੰ ਜਿਹੜੇ ਬਿਨਾਂ ਵਾਜ ਤੋਂ ਬਾਹਰ ਨਿਕਲਦੇ। ਡਾਂਗ ਬੜੀ ਫਰੈਂਡੀ ਤੇ ਮੈਨੂੰ ਵੀ ਬੜਾ ਮਜ਼ਾ ਆਉਂਦਾ ਸੀ ਵੇਖ ਕੇ ਵੀ ਇਹ ਨਿਕਲਦੇ ਕਿਉਂ ਬਾਹਰ। ਅਜੇ ਇਹ ਗੱਲਾਂ ਮਨ 'ਚ ਚੱਲਣ ਹੀ ਰਹੀਆਂ ਸੀ ਵੀ ਘਰਦੇ ਨੇ ਆਵਾਜ਼ ਮਾਰਤੀ, ਕਹਿੰਦੇ ਹੱਟੀਓਂ ਜਾ ਕੇ ਸਮਾਨ ਲੈ ਕੇ ਦੇ ਘਰ ਦਾ ਸਮਾਨ ਮੁੱਕ। ਮੈਂ ਤੇ ਬਥੇਰਾ ਸਮਝਾਇਆ, ਮੈਂ ਕਿਹਾ ਭਰਾ ਪੁਲਿਸ ਵਾਲੇ ਡਾਂਗ ਬੜੀ ਫਿਰਨ ਡਿਆ, ਨਾ ਭੇਜੋ ਅੱਜ ਬੰਦੇ ਨੂੰ ਕੋਈ ਚੰਗਾ ਵਾ, ਸਮਾਨ ਤੇ ਮੁੜ ਕੇ ਆਜੂਗਾ। ਪਰ ਨਾ ਮੰਨਣੀ ਨਾ, ਕਹਿੰਦੇ ਤੂੰ ਜਾ ਹੀ ਜਾ। ਮੈਂ ਫਿਰ ਕੀ ਸੀ, ਜਾਨ ਤਲੀ ਦੇ ਰੱਖਣ ਵਾਲੀ ਗੱਲ ਹੋ ਗਈ। ਉਹੀ ਸੜਕ ਜਿੱਥੇ ਰੋਜ਼ ਘੁੰਮਦੇ ਹੁੰਦੇ ਹਾਂ ਤੇ ਉਹੀ ਸੜਕ ਹੁਣ ਜੰਗ ਦਾ ਮੈਦਾਨ ਲੱਗੇ, ਲੰਘਣ ਨੂੰ ਜੀ ਨਾ ਕਰੇ ਭਰਾਵਾ ਉੱਥੋਂ ਦੇ, ਡਰ ਲੱਗੇ ਕਿਤੇ ਪੁਲਿਸ ਵਾਲੇ ਨਾ ਜਾਣ। ਬੜੀ ਭਰਾਵਾ ਮੈਂ ਤੇ ਅੱਖ ਬਚਾਉਂਦਾ ਬਚਾਉਂਦਾ ਮਹਾਂ ਹੀ ਦੁਕਾਨ ਤੱਕ ਪੁੱਜਾ ਹੀ ਤਰਲੇ ਮਾਰਦਾ ਤੇ ਅੱਗੋਂ ਜਾ ਕੇ ਵੇਖਿਆ ਤੇ ਦੁਕਾਨ ਬੰਦ ਸੀ। ਪਰ ਜਦੋਂ ਮੈਂ ਗੌਰ ਨਾਲ ਵੇਖਿਆ ਤੇ ਸ਼ਟਰ ਦੇ ਉੱਤੇ ਇੱਕ ਪੋਸਟਰ ਲੱਗਾ ਸੀ ਤੇ ਉੱਤੇ ਲਿਖਿਆ ਸੀਗਾ ਵੀ ਆਨਲਾਈਨ ਆਰਡਰ ਕਰਾਉਣ ਲਈ ਥੱਲੇ ਦਿੱਤੇ ਨੰਬਰਾਂ ਤੇ ਕਾਲ ਕਰੋ। ਮੈਂ ਬੜਾ ਖੁਸ਼ ਹੋਇਆ, ਮੈਂ ਕਿਹਾ ਲੈ ਹੁਣ ਤੇ ਸਮਾਨ ਘਰੇ ਹੀ ਆ ਜਾਣਾ। ਜਦੋਂ ਮੈਂ ਉਹ ਨੰਬਰ ਤੇ ਫੋਨ ਕੀਤਾ ਤਾਂ ਉਹ ਬੰਦਾ ਬੋਲਿਆ, ਕਹਿੰਦਾ ਭਰਾਵਾ ਸ਼ਟਰ ਚੁੱਕ ਕੇ ਅੰਦਰ ਆ ਜਾ, ਅਸੀਂ ਵੀ ਦੁਕਾਨ ਦੇ ਅੰਦਰ ਹੀ ਬੈਠੇ ਪੁਲਿਸ ਵਾਲਿਆਂ ਤੋਂ ਡਰਦੇ। ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰੋ। ਮਿਲਦੇ ਹਾਂ ਨੈਕਸਟ ਵੀਡੀਓ 'ਚ।